ਬਟਾਲਾ ਤੋਂ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀਕਲਸ ਨੇ ਆਪਣੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ 700 ਦੇ ਕਰੀਬ ਗਰੀਬ ਲੋਕਾਂ ਨੂੰ ਰਾਸ਼ਨ ਕਾਰਡ ਵੰਡੇ ਅਤੇ ਭਰੋਸਾ ਦਵਾਇਆ ਕਿ ਇਸ ਦਫ਼ਤਰ ਦੇ ਵਿੱਚ ਬਿਨਾਂ ਪੈਸਿਆਂ ਤੋਂ ਹਰ ਸਰਕਾਰੀ ਕੰਮ ਉਹਨਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਆਮ ਜਨਤਾ ਨੇ ਕਿਹਾ ਕਿ ਪਿਛਲੀਆਂ ਪਾਰਟੀਆਂ ਨੇ ਸਾਡੇ ਕੋਲੋਂ ਕਾਗਜ਼ ਤੇ ਜ਼ਰੂਰ ਲਏ ਸੀ, ਪਰ ਸਾਡੇ ਰਾਸ਼ਨ ਕਾਰਡ ਨਹੀਂ ਬਣਵਾਏ। ਇਹਨਾਂ ਨੇ ਸਾਨੂੰ ਰਾਸ਼ਨ ਕਾਰਡ ਬਣਵਾ ਕੇ ਫਿਰ ਆਪਣੇ ਦਫ਼ਤਰ ਸੱਦਿਆ। ਲਪਿਤ ਖੁਸ਼ੀ ਪੋਟ ਰਿਪੋਰਟ। ਅਮਨਦੀਪ, ਮਿਹਰਬਾਨੀ ਆ, ਬਣ ਗਿਆ ਆ ਸਾਡੇ ਵਾਸਤੇ, ਇੰਨਾ ਬੜਾ ਖੁਸ਼ ਆ ਕਿਉਂਕਿ ਬਹੁਤ ਮਹਿੰਗਾਈ ਆ, ਇੰਨੀ ਮਹਿੰਗਾਈ ਆ ਨਾ ਕਿ ਪੁੱਛੋ ਕੁਛ ਨਾ। ਮਹਿੰਗਾਈ ਵਿੱਚ ਤੁਹਾਨੂੰ ਪਤਾ ਕਿ ਘਰ ਨਿਆਣਿਆਂ ਦੇ ਨਾਲ ਮੁਸ਼ਕਿਲ ਹੁੰਦਾ ਹੈ ਤੇ ਗਰੀਬਾਂ ਦੇ ਵਾਸਤੇ ਵੈਸੇ ਬਹੁਤ ਮੁਸ਼ਕਿਲ ਹੁੰਦੀ ਹੈ, ਬਹੁਤ ਜ਼ਿਆਦਾ ਹੀ। ਜੇ ਸਵੇਰੇ 9 ਵਜੇ ਗਏ ਨਾ ਤਾਂ 5 ਵਜੇ ਤੋਂ ਪਹਿਲੇ ਘਰ ਨਹੀਂ ਆਉਂਦੇ ਰਹੇ ਅਸੀਂ, ਅਤੇ ਛੋਟੇ ਬੱਚੇ ਤਾਂ ਹੁਣ ਕੋਈ ਗੇੜਾ ਨਹੀਂ, ਤੁਹਾਨੂੰ ਫੋਨ ਆਇਆ ਤਾਂ ਅਸੀਂ ਆ ਗਏ ਆਪੇ। ਭਾਈ ਬਹੁਤ ਜ਼ਿਆਦਾ ਖੁਸ਼ੀ ਹੈ, ਅਸੀਂ ਕਹਿੰਦੇ ਕਿ ਭਾਈ ਨੂੰ ਸਾਡੀ ਉਮਰ ਲੱਗ ਜੇ ਤਾਂ ਅੱਗੇ ਵੀ ਚੱਲੇ ਬਹੁਤ ਜ਼ਿਆਦਾ। ਮੇਰਾ ਪ੍ਰਵੀਨ, ਰਾਸ਼ਨ ਕਾਰਡ ਬਹੁਤ ਦੇਰ ਬਾਅਦ ਬਣਿਆ, ਹਰ ਪਾਰਟੀ ਆਉਂਦੀ ਤੇ ਕੋਈ ਨਹੀਂ ਬਣਾ ਕੇ ਦਿੰਦਾ ਹੈਗਾ, ਸਾਰੇ ਅਸੀਂ ਕਾਗਜ਼ ਦੇ ਕੇ ਆ ਜਾਣਾ, ਫਿਰ ਹੁਣ ਬਣਾ ਦਿੰਦੇ, ਕੋਈ ਨਹੀਂ ਬਣਾ ਕੇ ਦਿੰਦਾ, ਫਿਰ ਮਾਰਦੇ ਰਹਿਣਾ। ਇਹਨਾਂ ਦਾ ਧੰਨਵਾਦ ਹੈ ਆਮ ਆਦਮੀ ਪਾਰਟੀ ਦਾ, ਇਹਨਾਂ ਨੇ ਬਣਾ ਕੇ ਦਿੱਤੇ ਆ, ਸੈਰੀ ਕਲਸੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਿਰਮਲਾ ਕੁਮਾਰੀ, ਹਾਂਜੀ ਭਾਈ, ਕਾਰਡ ਗੱਲ ਰਾਸ਼ਨ ਕਾਰਡਾਂ ਦੀ ਗੱਲ ਕਰੀਏ ਤੇ ਜੇ ਪਹਿਲੀਆਂ ਸਰਕਾਰਾਂ ਸੀ, ਅਕਾਲੀ, ਕਾਂਗਰਸ ਸੀ, ਬੀਜੇਪੀ, ਕਿਸੇ ਨੇ ਲੋਕਾਂ ਦੇ ਕਾਰਡ ਨਹੀਂ ਬਣਾਏ, 20-20 ਸਾਲ ਤੋਂ ਕਾਰਡ ਜਿਹੜੇ ਨਹੀਂ ਬਣੇ। ਅੱਜ ਲੋਕਾਂ ਦੇ ਮਨ 'ਚ ਇੰਨੀ ਖੁਸ਼ੀ ਹੈ ਨਾ, ਅੱਜ ਸੈਰੀ ਸਾਹਿਬ ਨੇ, MLA ਸਾਹਿਬ ਨੇ ਸਾਡੇ ਰਾਸ਼ਨ ਕਾਰਡ ਲੋਕਾਂ ਦੇ ਬਣਾਏ ਨੇ, ਅੱਜ ਲੋਕਾਂ ਦਾ ਮਾਹੌਲ ਵੇਖੋ, ਵੇਖਣ ਵਾਲਾ ਖੁਸ਼ ਦੇ ਸਾਰੇ ਆਏ ਨੇ ਕਿ ਉਹ ਕਹਿੰਦੇ ਨੇ ਸਾਡਾ ਗਹਿਣਾ ਬਣ ਗਿਆ, ਰਾਸ਼ਨ ਕਾਰਡ ਨਹੀਂ ਬਣਿਆ ਕਿਉਂਕਿ ਅੱਜ ਬੜੀ ਖੁਸ਼ੀ ਦਾ ਮਾਹੌਲ ਕਰਦੇ, 200-200 ਰੁਪਇਆ ਆਪਾਂ ਕਿਰਾਇਆ ਖਰਚਦੇ ਸੀ, ਹੈ ਇੱਥੋਂ ਜਾਂਦੇ ਹਾਂ ਜੀ, ਆਜੋ ਰਾਸ਼ਨ ਕਾਰਡ ਲਓ ਤਾਂ ਅੱਗੇ ਕੱਖ ਵੀ ਨਾ, ਫਿਰ ਆਉਣਾ ਜਿਹੜੇ ਹੁਣ 200-300 ਰੁਪਇਆ ਦਿਹਾੜੀ ਨੂੰ ਕਿਰਾਇਆ ਖਰਚ ਕਰ ਜਾਂਦੇ ਰਹੇ ਹਾਂ, ਅਤੇ ਸੈਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਕਿਉਂਕਿ ਉਹਨਾਂ ਵਿੱਚ ਕੋਈ ਲੀਡਰਪੁਣਾ ਹੈ ਹੀ ਨਹੀਂ। ਨਾ ਜੀ, ਨਾ ਇਸ ਟਾਈਮ, ਇਸ ਟਾਈਮ 'ਤੇ ਹਫ਼ਤਾ ਨਹੀਂ ਪਿਆ, ਅਤੇ ਆਓ ਜੀ ਜਾਣਾ, ਖੁਦ ਫੋਨ ਕੀਤੇ ਨੇ ਕਿ ਆਪਣੇ ਰਾਸ਼ਨ ਕਾਰਡ ਅੱਗ ਲਾ ਜਾ, ਦੁਨੀਆ ਹੈਰਾਨ ਹੋ ਗਈ ਆ, ਅੱਜ ਬੜਾ ਖੁਸ਼ੀ ਦਾ ਮਾਹੌਲ ਹੈ, ਵੇਖੋ ਕਿਤੇ ਗਹਿਮੋ ਗਹਿਮ ਦੁਨੀਆ ਭੈਣਾਂ ਕਿਹੜੀਆਂ ਖਲੋਤੀਆਂ ਨੇ ਕਿਉਂਕਿ ਰਸੋਈ ਉਹਨਾਂ ਦਾ ਗਹਿਣਾ ਬਣ ਗਿਆ ਵਾ ਇੱਕ। ਧੰਨਵਾਦ ਜੀ। ਨਹੀਂ ਨਹੀਂ, ਦੇਖੋ ਜੀ, ਇਹ ਮੇਰਾ ਸਾਰਾ ਪਰਿਵਾਰ ਹੈ, ਮੈਂ ਰਹਿਣੀ ਹਾਂ ਜੀ, ਇਹ ਇਹਨਾਂ ਦਾ ਪਿਆਰ ਹੈ ਜਿਹੜੀ ਮੇਰੀ ਖੁਰਾਕ ਹੈ, ਜਿਹੜਾ ਮੈਨੂੰ ਬਹਿਣ ਨਹੀਂ ਦਿੰਦਾ, ਸੌਣ ਨਹੀਂ ਦਿੰਦਾ ਅਤੇ ਥੱਕਣ ਨਹੀਂ ਦਿੰਦਾ, ਅਤੇ ਮੈਂ ਇਹਨਾਂ ਦਾ ਆਸ਼ੀਰਵਾਦ ਲੈ ਕੇ, ਦੇਖੋ ਜਿਸ ਜਿਸ ਵਰਕਰ ਨੇ ਜਾਂ ਜਿਸ ਜਿਸ ਵੋਟਰ ਨੇ ਮੈਨੂੰ ਵੋਟ ਪਾਈ ਆ, ਅੱਜ ਮੈਂ ਜੇ ਬਟਾਲੇ ਦੀ ਨੁਹਾਰ ਚੇਂਜ ਕਰ ਰਿਹਾ, ਉਹਦੇ ਵਿੱਚ ਇਕੱਲਾ ਸ਼ਹਿਰੀ ਕਲਸੀ ਦਾ ਰੋਲ ਨਹੀਂ ਹੈਗਾ, ਉਹਦੇ ਵਿੱਚ ਹਰ ਉਸ ਵਰਕਰ ਦਾ, ਹਰ ਉਸ ਵੋਟਰ ਦਾ ਜਿਹਨੇ ਮੈਨੂੰ ਵੋਟ ਪਾ ਕੇ ਜਿਤਾਇਆ, ਉਹ ਸਾਰੇ ਹੀ ਉਹਦਾ ਹੱਕਦਾਰ ਆ, ਅਤੇ ਮੈਂ ਧੰਨਵਾਦ ਕਰਦਾ ਵੀ ਜਿਹੜਾ ਇੰਨਾ ਪਿਆਰ ਮਾਣ ਸਤਿਕਾਰ ਕਰ। ਬੀਬੀਆਂ ਦੀਆਂ ਅੱਖਾਂ 'ਚੋਂ ਅੱਥਰੂ ਵੇਖਿਆ ਜੀ, ਉਹ ਕਹਿੰਦੇ ਕਿ ਇੰਨੇ ਸਾਲ ਹੋ ਗਏ ਆ ਫੇਰੇ ਮਾਰਦੇ ਆ, ਸਾਡੀਆਂ ਫਾਈਲਾਂ ਲੈ ਲੈਂਦੇ, ਦੱਬ ਦਿੰਦੇ, ਪਰ ਅੱਜ ਤਾਂ ਸਾਨੂੰ ਬੁਲਾ ਕੇ ਦੇ ਤੇ ਰਾਸ਼ਨ ਕਾਰਡ। ਨਹੀਂ ਜੀ, ਦੇਖੋ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਗੱਲ ਪੁੱਛੀ ਆ, ਮੈਂ ਕਿਹਾ ਵੀ ਪਹਿਲਾਂ ਮੈਨੂੰ ਇਹ ਦੱਸੋ ਕਿਸੇ ਨੇ ਕੋਈ ਰੁਪਈਆ ਤਾਂ ਨਹੀਂ ਲਿਆ ਤੁਹਾਡੇ ਕੋਲ? ਮੈਨੂੰ ਆਪਣੀ ਟੀਮ 'ਤੇ ਮਾਣ ਆ, ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਮੈਨੂੰ ਫਖਰ ਹੈ ਇਹਨਾਂ 'ਤੇ, ਕਿਉਂਕਿ ਐਸੇ ਕੰਮ ਜੇ ਪੁਰਾਣੀਆਂ ਸਰਕਾਰਾਂ ਨੇ ਕੀਤੇ ਹੁੰਦੇ ਤਾਂ ਸਾਡੇ ਕੋਲ ਵਿਚਾਰਿਆਂ ਨੂੰ ਕੀ ਲੋੜ ਸੀ ਆਉਣ ਦੀ? ਜੇ ਕੰਮ ਹੋਏ ਨਹੀਂ ਤਾਂ ਹੀ ਲੋਕ ਆ ਰਹੇ ਨੇ, ਔਰ ਤਾਂ ਹੀ ਲੋਕਾਂ ਦੇ ਕੰਮ ਹੋ ਰਹੇ ਨੇ, ਔਰ ਮੈਂ ਮਾਣ ਕਰਦਾ ਸਾਰੀ ਸਮੁੱਚੀ ਟੀਮ 'ਤੇ ਆਪਣੀ 'ਤੇ, ਜਿਹੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਔਰ ਇਹਨਾਂ ਲੋਕਾਂ ਦਾ ਸਹਾਰਾ ਬਣ ਰਹੀ ਆ। ਦਫ਼ਤਰ ਇਹ ਖੋਲ੍ਹ ਦਿੱਤਾ, 9 ਤੋਂ 5 ਇੱਥੇ ਦਫ਼ਤਰ 'ਚ ਟੀਮ ਬੈਠਿਆ ਕਰੂਗੀ, ਜਿਹਦੀ ਕਿਸੇ ਦੀ ਪੈਨਸ਼ਨ ਨਹੀਂ ਹੈ ਉਹਨੂੰ ਦਰ ਦਰ ਧੱਕੇ ਨਹੀਂ ਖਾਣੇ ਪੈਣਗੇ, ਜਿਸ ਕਿਸੇ ਦਾ ਕੋਈ ਰਾਸ਼ਨ ਕਾਰਡ ਨਹੀਂ ਬਣਿਆ
ਉਹਦੇ ਵਿੱਚ ਉਹਦੇ ਕਾਗਜ਼ ਰੱਖੇ ਜਾਣਗੇ। ਜਦੋਂ ਆਪਾਂ ਦੁਬਾਰਾ ਐਪ ਖੋਲ੍ਹਦੇ ਹਾਂ ਉਦੋਂ ਦੁਬਾਰਾ ਰਿਪੀਟ ਕਰਾਂਗੇ। ਸੋ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਸਾਡੀ ਕੋਸ਼ਿਸ਼ ਹੈ, ਕੱਚੀਆਂ ਮਕਾਨਾਂ ਵਾਲੀ ਜੋ ਵੀ ਆ, ਵੀ ਸਾਡੇ ਲੋਕਾਂ ਨੂੰ ਵਾਰ ਵਾਰ ਧੱਕੇ ਨਾ ਖਾਣੇ ਪੈਣ। ਹਰਿਆਣੇ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ, ਹੋ ਕੇ ਆਏ ਹੋ, ਕਿਸ ਤਰੀਕੇ ਨਾਲ ਹੋ ਰਿਹਾ? ਦੇਖੋ ਜੀ, ਹਰਿਆਣੇ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ। 90 ਦੀਆਂ 90 ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ, ਮੈਂ ਕਹਿ ਸਕਦਾ ਇਲੈਕਸ਼ਨ ਆਪਾਂ ਲੜ ਰਹੇ ਹਾਂ, ਔਰ ਮੈਨੂੰ ਆਸ ਹੈ ਵੀ ਉੱਥੋਂ ਵਧੀਆ ਨਤੀਜੇ ਜਿਹੜੇ ਨਿਕਲ ਕੇ ਸਾਹਮਣੇ ਆਉਣਗੇ। ਦਿੱਲੀ ਦੇ ਨਵੇਂ ਸੀਐਮ ਬਣੇ ਜੀ, ਕਿਸ ਤਰੀਕੇ ਦੀਆਂ ਉਮੀਦਾਂ ਲੱਗਦੀਆਂ? ਦੇਖੋ ਜੀ, ਸੀਐਮ ਜਿਹੜੇ ਬਣੇ ਨੇ ਉਹ ਹੁਣ ਮਿਹਨਤੀ ਵੀ ਨੇ, ਜੁਝਾਰੂ ਵੀ ਨੇ, ਅਤੇ ਮੈਂ ਇੱਕ ਚੀਜ਼ ਧੰਨਵਾਦ ਕਰਦਾ ਔਰ ਮੈਨੂੰ ਮਾਣ ਵੀ ਹੈ, ਮੈਨੂੰ ਫਖਰ ਵੀ ਆ ਵੀ ਸਾਡੀ ਪਾਰਟੀ ਦਾ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਜਿਹੜਾ ਕੁਰਸੀਆਂ ਨਾਲ ਪਿਆਰ ਨਹੀਂ ਕਰਦਾ। ਨਹੀਂ ਤਾਂ ਕਿਸੇ ਨੂੰ ਕੋਈ ਸਰਪੰਚੀ ਮਿਲ ਜਾਣਾ, ਉਹਨੂੰ ਕੋਹਾਂ ਛੱਡ ਕੇ ਵਿਖਾ ਲੈ, ਕੋਈ ਛੱਡਦਾ ਨਹੀਂ, ਪਰ ਉਹ ਸੀਐਮ ਦੀਆਂ ਕੁਰਸੀਆਂ ਨੂੰ ਵੀ ਸਾਈਡ 'ਤੇ ਕਰ ਦਿੰਦਾ। ਸੋ ਮੈਂ ਸਲੂਟ ਕਰਦਾ ਹਾਂ ਉਹਨਾਂ ਨੂੰ, ਔਰ ਮੈਨੂੰ ਮਾਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਪਣੇ ਭਗਵੰਤ ਮਾਨ ਜੀ 'ਤੇ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ। ਮੈਂ ਵੀ ਆਪਾਂ ਵੀ ਬੜੀਆਂ ਵੋਟਾਂ ਪਾਉਂਦੇ ਨੇ, ਪਰ ਇਹਨਾਂ ਜੁਝਾਰੂ ਐਕਟਿਵ ਮੁੱਖ ਮੰਤਰੀ ਮੇਰੀ ਹੋਸ਼ ਦੇ ਵਿੱਚ ਤਾਂ ਮੈਂ ਪੰਜਾਬ 'ਚ ਪਹਿਲੀ ਵਾਰੀ ਵੇਖਿਆ, ਜਿਹੜੇ ਹਰ ਥਾਂ ਕੰਮ ਕਰ ਰਹੇ ਨੇ, ਇਹਨੇ ਬੱਚਿਆਂ ਨੂੰ ਰੁਜ਼ਗਾਰ ਦਿੱਤੇ, ਨੌਕਰੀਆਂ ਦਿੱਤੀਆਂ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.